ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਹਾਲਾਤ ਅੱਜ ਕੀ ਬਨੇ ਹੋਏ ਨੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਕੋਲੋ ਛੁਪੇ ਹੋਣ ਖਾਲੀ ਪੰਜਾਬ ਦੇ ਨਹੀਂ ਹਿਮਾਚਲ 'ਚ ਵੀ ਹਾਲਾਤ ਬੜੇ ਨਾਜ਼ੁਕ ਸਥਿਤੀ ਤੋਂ ਨਿਕਲਦੇ ਪਏ ਨੇ ਉਹ ਪੰਜਾਬ ਦੇ ਵਿੱਚ ਬਾੜ ਆ ਚੁੱਕੀ ਹੈ ਜਿਸ ਪੰਜਾਬ ਦੇ ਲੋਕ ਜਿਹੜੀ ਪੰਜਾਬ ਦੀ ਸੰਗਤ ਜਿੱਥੇ ਵੀ ਕਿਤੇ ਵਿਪਤਾ ਆਂਦੀ ਹੈ ਤੇ ਸਭ ਤੋਂ ਅੱਗੇ ਵੱਧ ਕੇ ਹਮੇਸ਼ਾ ਸੇਵਾ ਵਿੱਚ ਨਿਕਲ ਕੇ ਜਾਂਦੀ ਹੈ ਅੱਜ ਮੈਂ ਇੱਕ ਪੋਸਟ ਦੇਖ ਰਿਹਾ ਸੀ ਜਿਸ ਦੇ ਵਿੱਚ ਕੀ ਪੰਜਾਬ ਦੇ ਵਿੱਚ ਕਿਸੇ ਬਾੜ ਇਲਾਕੇ ਦੇ ਵਿੱਚ ਜਦੋਂ ਸਿੱਖ ਵੀਰ ਸੇਵਾ ਕਰਦੇ ਪਏ ਨੇ ਤੇ ਉਹ ਵੀਡੀਓ ਕਿਸੇ ਨੇ ਪਾਈ ਦੇ ਉਹਦੇ ਵਿੱਚ ਇੱਕ ਦਿਨੇਸ਼ ਕੁਮਾਰ ਨਾਮ ਦੇ ਬੰਦੇ ਨੇ ਕਮੈਂਟ ਕੀਤਾ ਕਮੈਂਟ ਕਰਦੇ ਨੇ ਕਿ ਵੀ ਤੁਹਾਨੂੰ ਕਿਸੇ ਨੇ ਫੋਨ ਕਰਕੇ ਸੱਦਾ ਨਹੀਂ ਦਿੱਤਾ ਕਿ ਤੁਸੀਂ ਇੱਥੇ ਜਾਓ ਦਿਨੇਸ਼ ਕੁਮਾਰ ਜੀ ਜਿਨ੍ਹਾਂ ਦੀ ਮੈਂ ਪ੍ਰੋਫਾਈਲ ਪਿੱਕ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਫੇਸਬੁੱਕ ਦੀ ਦਿਨੇਸ਼ ਕੁਮਾਰ ਜੀ ਨੇ ਲਿਖਿਆ ਸਿਰਫ ਰਾਮ ਰਾਜ ਹੈ। ਯਾਨੀ ਕਿ ਰਾਮ ਦਾ ਸਿਰਫ ਰਾਜੇ ਲੱਭਦੇ ਨੇ। ਜਿਹੜੇ ਲੋਕ ਰਾਮ ਰਾਜ ਦੀ ਗੱਲਾਂ ਕਰਦੇ ਨੇ ਉਹਨਾਂ ਨੂੰ ਹਾਲੇ ਤੱਕ ਐ ਨਹੀਂ ਪਤਾ ਕਿ ਰਾਮ ਚੰਦਰ ਜੀ ਦੀ ਜਦੋਂ ਅਯੁੱਧਿਆ ਵਿੱਚ ਜਦੋਂ ਉਹਨਾਂ ਨੇ ਰਾਜ ਕੀਤਾ ਤਾਂ ਇੱਕ ਇਸ ਤਰ੍ਹਾਂ ਰਾਜ ਕੀਤਾ ਜਿਹਦੇ ਵਿੱਚ ਕੋਈ ਵੀ ਬੰਦੇ ਦੇ ਉੱਤੇ ਅਤਿਆਚਾਰ ਨਹੀਂ ਹੋਇਆ। ਅਸੀਂ ਮੇਨ ਮੁੱਦੇ ਦੇ ਉੱਤੇ ਆਂਦੇ ਆਂ। ਸੰਘਾਜੀ ਮੇਨ ਮੁੱਦਾ ਹੈ ਵੀ ਕਿ ਪੰਜਾਬ ਦੇ ਵਿੱਚ ਇੱਕ ਤੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਹਰ ਬੰਦਾ ਹਰ ਸ਼ਖਸ਼ ਇਹ ਭਾਵੇਂ ਕਿਸੇ ਵੀ ਧਰਮ ਤੋਂ ਹੋਏ ਉਹ ਬੰਦਾ ਇਹੀ ਅਰਦਾਸ ਕਰ ਰਿਹਾ ਪ੍ਰਮਾਤਮਾ ਹੇ ਵਾਹਿਗੁਰੂ ਹੇ ਅੱਲਾ ਹੇ ਰਾਮ ਇਸ ਧਰਤੀ ਤੇ ਮਿਹਰ ਕਰ ਉਹ ਲੋਕਾਂ ਦੇ ਉੱਤੇ ਮਿਹਰ ਕਰ ਜਿਹੜੇ ਬਾੜ ਦੇ ਵਿੱਚ ਘਰੋਂ ਬੇਘਰ ਹੋ ਗਏ ਨੇ ਉਹ ਲੋਕਾਂ ਤੇ ਮਿਹਰ ਕਰ ਜਿਹੜੇ ਕਈ ਪਰਿਵਾਰ ਉਸ ਬਾੜ ਦੇ ਵਿੱਚ ਰੁੜ ਗਏ ਨੇ ਲੇਕਿਨ ਕਈ ਲੋਕਾਂ ਦੀ ਛੋਟੀ ਸੋਚ ਉਹ ਇਹ ਸਾਬਤ ਕਰਦੀ ਏ ਕਿ ਇਹਨਾਂ ਨੂੰ ਇਨਸਾਨੀਅਤ ਨਾਲ ਪਿਆਰ ਹੀ ਨਹੀਂ ਹੈ ਦਿਨੇਸ਼ ਕੁਮਾਰ ਜੀ ਆਪਣੀ ਪ੍ਰੋਫਾਈਲ ਦੇ ਉੱਤੇ ਲਿਖ ਰਹੇ ਨੇ ਸਿਰਫ ਰਾਮ ਰਾਜ ਹੈ ਲੇਕਿਨ ਰਾਮ ਜੀ ਕੀ ਸੋਚਦੇ ਸੀ ਇਹਦੇ ਬਾਰੇ ਇਹਨਾਂ ਨੂੰ ਗਿਆਨ ਨਹੀਂ ਸੰਗਤ ਜੀ ਮੈਂ ਗੱਲ ਕਰਨੀ ਚਾਹਾਂਗਾ ਦਿਨੇਸ਼ ਕੁਮਾਰ ਨੂੰ ਦਿਨੇਸ਼ ਕੁਮਾਰ ਕਹਿੰਦਾ ਕਿ ਤੁਹਾਨੂੰ ਕਿਸੇ ਦੀ ਕਾਲ ਨਹੀਂ ਆਂਦੀ ਸੋਨੋ ਬਾਈ ਦਿਨੇਸ਼ ਕੁਮਾਰ ਬਠਿੰਡੇ ਤੋਂ ਅਸੀਂ ਉਸ ਕੌਮ ਦੇ ਵਾਰਸਾਂ ਜਿਹੜੀ ਕੌਮ ਦੇ ਪਿਤਾ ਨੇ ਦਸਮ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਸਾਜਿਆ ਤੇ ਸਭ ਤੋਂ ਪਹਿਲਾਂ ਇਹੋ ਸਿੱਖਿਆ ਦਿੱਤੀ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਇਹਦਾ ਮਤਲਬ ਪਤਾ ਕੀ ਹੈ ਇਹਦਾ ਮਤਲਬ ਸੋਚਣ ਵਾਸਤੇ ਤੈਨੂੰ ਕਈ ਪੁਸਤਕਾਂ ਲੱਗਣਗੀਆਂ ਇਹਦਾ ਮਤਲਬ ਹੈ ਵੀ ਕਿ ਤੁਸੀਂ ਮੌਤ ਦੇ ਡਰ ਨੂੰ ਛੱਡ ਕੇ ਸੇਵਾ ਵਾਲੇ ਪਾਸੇ ਲੱਗੋ ਸੇਵਾ ਵਾਲੇ ਪਾਸੇ ਲੱਗ ਜਾਓ ਤੁਹਾਡੇ ਮਨ ਦੇ ਵਿੱਚ ਖੌਫ ਨਹੀਂ ਹੋਣਾ ਚਾਹੀਦਾ ਕਿ ਕਿਤੇ ਬਾੜ ਆ ਗਈ ਏ ਕਿਤੇ ਪਰਲੇ ਆ ਗਿਆ ਕਿਤੇ ਭੁਕਬ ਆ ਗਿਆ ਤੁਸੀਂ ਉਸ ਸੇਵਾ ਵਿੱਚ ਨਿਕਲ ਜਾਓ ਉਸ ਮਜਲੂਮ ਦੀ ਰੱਖਿਆ ਵਾਸਤੇ ਨਿਕਲ ਜਾਓ ਜਿਹੜੇ ਮਜਲੂਮ ਦੀਆਂ ਬਾਹਾਂ ਕੋਈ ਸਰਕਾਰ ਨਾ ਫੜੇ ਕੋਈ ਬੰਦਾ ਉਹਦੀ ਬਾਹ ਨਾ ਫੜੇ ਜਿੱਥੇ ਕਿਸੇ ਦੀ ਬਾਹ ਕੋਈ ਨਹੀਂ ਫੜਨ ਜੋ ਘਰ ਪਹੁੰਚਦਾ ਨਾ ਉੱਥੇ ਸਿਰਫ ਤੇ ਸਿਰਫ ਖਾਲਸਾ ਪਹੁੰਚਦਾ ਹੈ ਉਸ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਸੇ ਕੋਥੇ ਪਹੁੰਚਦਾ ਜਿਹੜਾ ਉਸ ਗੁਰੂ ਨੂੰ ਪਾਤਸ਼ਾਹ ਨੂੰ ਪਿਆਰ ਕਰਦਾ ਜਿੰਨੂੰ ਗੁਰਗੋਬਿੰਦ ਸਿੰਘ ਜੀ ਨੇ ਸਾਜਿਆ ਉਹ ਸਿੱਖ ਉਹ ਹਰ ਜਗ੍ਹਾ ਤੇ ਪਹੁੰਚਦਾ ਜਿਸ ਜਗ੍ਹਾ ਤੇ ਮਜ਼ਲੂਮ ਨੂੰ ਸਿੱਖ ਦੀ ਜ਼ਰੂਰਤ ਹੋਵੇ ਸਾਨੂੰ ਕਾਲ ਕਰਨ ਦੀ ਜ਼ਰੂਰਤ ਨਹੀਂ ਹੈ ਕਿਸੇ ਨੂੰ ਨਾ ਸਾਨੂੰ ਕੋਈ ਫੋਨ ਕਰੇ ਤੇ ਨਾ ਸਾਨੂੰ ਕੋਈ ਅਪੀਲ ਕਰੇ ਸਾਡੀ ਰਗਾਂ ਦੇ ਵਿੱਚ ਜਿਹੜਾ ਖੂਨ ਘੁੰਮਦਾ ਨਾ ਜਿਹੜਾ ਸਾਡੀਆਂ ਰਗਾਂ ਦੇ ਵਿੱਚ ਖੂਨ ਹੈ ਜਿਹੜੀ ਸਾਨੂੰ ਗੁੜਤੀ ਏ ਦਸਮ ਪਾਤਸ਼ਾਹ ਦੀ ਉਹ ਗੁੜਤੀ ਇਹੋ ਜੀ ਹੈ ਸਾਡੀ ਰਗਾਂ 'ਚ ਖੂਨ ਇਹੋ ਜਿਆ ਕਿ ਜਿੱਥੇ ਕਿਤੇ ਮਜਲੂਮ ਨੂੰ ਲੋੜ ਪੈਂਦੀ ਏ ਇੰਟਰਨਲ ਸਾਨੂੰ ਵਾਈਬ੍ਰੇਸ਼ਨ ਆ ਜਾਂਦੀ ਕਿ ਹਾਂ ਇੱਥੇ ਸਾਨੂੰ ਪਹੁੰਚਣਾ ਚਾਹੀਦਾ ਜਿਹਦੇ ਵਿੱਚ ਇਨਸਾਨੀਅਤ ਕਾਇਮ ਹੋਏਗੀ ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਹੋਏਗਾ ਜਿਹੜਾ ਗੁਰੂ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਪਿਆਰ ਕਰਨ ਵਾਲਾ ਹੋਏਗਾ ਚਾਹੇ ਕੋ ਕਿਸੇ ਵੀ ਧਰਮ ਤੋਂ ਹੋਏ ਜ਼ਰੂਰੀ ਨਹੀਂ ਜ਼ਰੂਰੀ ਨਹੀਂ ਕਿ ਉਹ ਸਿਰਫ ਸੇਖ ਹੀ ਪਹੁੰਚੇਗਾ ਕਿਸੇ ਵੀ ਧਰਮ ਤੋਂ ਜਿਹੜਾ ਬੰਦਾ ਇਨਸਾਨੀਅਤ ਨੂੰ ਪਿਆਰ ਕਰਦਾ ਹੈ ਜਿਹੜਾ ਬੰਦਾ ਉਸ ਪਰਮਾਤਮਾ ਦੀ ਰਚੀ ਹੋਈ ਸ੍ਰਿਸ਼ਟੀ ਨੂੰ ਪਿਆਰ ਕਰਦਾ ਹੈ ਉਸ ਪਰਮਾਤਮਾ ਦੇ ਬਣੇ ਹੋਏ ਇਨਸਾਨ ਨੂੰ ਪਿਆਰ ਕਰਦਾ ਹੈ ਉਹ ਬੰਦਾ ਜਦੋਂ ਜਦੋਂ ਕਿਤੇ ਵਿਪਤਾ ਆਏਗੀ ਉਹ ਬੰਦੇ ਉੱਥੇ ਇਕੱਠੇ ਹੋ ਕੇ ਜਾਣਗੇ ਸੇਵਾ ਕਰਨਗੇ ਉਹ ਲੋਕਾਂ ਦੀ ਬਾਹ ਵੀ ਫੜਨਗੇ ਜਿਹੜੇ ਲੋਕਾਂ ਦੀਆਂ ਬਾਹਾਂ ਸਰਕਾਰਾਂ ਜਦੋਂ ਨਹੀਂ ਫੜਦੀਆਂ ਉੱਥੇ ਇਹੋ ਜਿਹੇ ਲੋਕ ਪਹੁੰਚਦੇ ਨੇ ਦਿਨੇਸ਼ ਕੁਮਾਰ ਜੀ ਤੁਸੀਂ ਆਪਣੇ ਘਰ ਬੈਠੋ ਤੁਹਾਡੇ ਵਰਗੇ ਬੰਦੇ ਸਿਰਫ ਘਰ ਬੈ ਕੇ ਫੇਸਬੁੱਕ ਦੇ ਉੱਤੇ ਕਮੈਂਟ ਕਰਨ ਯੋਗ ਹੁੰਦੇ ਨੇ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਸਿਰਫ ਕਮੈਂਟਾਂ ਵਿੱਚ ਇੱਕ ਦੂਜੇ ਨਾਲ ਵਿਵਾਦ ਵਿੱਚ ਪਏ ਨੇ ਅੱਜ ਦੇ ਮਾਹੌਲ ਦੇ ਵਿੱਚ ਵੀ ਜਦੋਂ ਕਿ ਇੱਕ ਦੂਜੇ ਦੀ ਬਾਹ ਫੜਨ ਦਾ ਮਾਹੌਲ ਹੋਣਾ ਚਾਹੀਦਾ ਹੈ ਇੱਕ ਦੂਜੇ ਦਾ ਸਹਾਰਾ ਬਣਨ ਦੀ ਲੋੜ ਹੁੰਦੀ ਹੈ ਅੱਜ ਉਹ ਪੰਜਾਬ ਜਿਹੜਾ ਪੰਜਾਬ ਹਮੇਸ਼ਾ ਲੋਕਾਂ ਦੀ ਬਾਹ ਫੜਦਾ ਅੱਜ ਉਸ ਪੰਜਾਬ ਦੇ ਵਿੱਚ ਬਾੜ ਆਈ ਹੋਈ ਹੈ। ਉਹੀ ਪੰਜਾਬ ਜਦੋਂ ਦੂਸਰੇ ਸਟੇਟਾਂ ਦੇ ਵਿੱਚ ਬਾੜ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਉਹ ਪੰਜਾਬ ਦੀ ਜਨਤਾ ਹੀ ਹਮੇਸ਼ਾ ਲੋਕਾਂ ਦੀ ਬਾਹ ਫੜਨ ਵਾਸਤੇ ਆਪਣੇ ਘਰੋਂ ਘਰ ਤੋਂ ਬਾਹਰ ਨਿਕਲ ਕੇ ਉਸ ਜਗ੍ਹਾ ਤੇ ਪਹੁੰਚਦੀ ਹੈ ਜਿੱਥੇ ਉਹਨਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ। ਮੈਂ ਬੇਨਤੀ ਕਰਾਂਗਾ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਲੋਕ ਖੁਦ ਤੇ ਇਸ ਕੁਝ ਕਰ ਨਹੀਂ ਸਕਦੇ ਖੁਦ ਤੇ ਸਿਰਫ ਘਰ ਬੈਠ ਕੇ ਨਿਊਜ਼ ਵੇਖਦੇ ਨੇ ਲੇਕਿਨ ਜਿਹੜੇ ਪਰਿਵਾਰ ਜਿਹੜਾ ਯੂਥ ਜਿਹੜੇ ਲੋਕ ਆਪਣੀ ਜਾਨ ਹਥੇਲੀ ਤੇ ਰੱਖ ਕਰ ਇਹੋ ਜਿਹੇ ਜਗ੍ਹਾ ਤੇ ਪਹੁੰਚੇ ਨੇ ਜਿੱਥੇ ਬਾੜ ਆ ਗਈ ਜਾਂ ਪਰਲੇ ਆ ਗਈ ਜਾਂ ਭੁਕੰਪ ਆ ਗਿਆ ਉਹ ਲੋਕਾਂ ਦਾ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਨਾ ਕਿ ਉਹਨਾਂ ਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਮੈਂ ਸਲੂਟ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਜਿਹੜੇ ਮੈਂਬਰ ਆਪਣੀ ਜਾਨ ਥੇਲੀ ਤੇ ਲੈ ਕੇ ਬਾੜ ਵਾਲੀਆਂ ਜਗ੍ਹਾ ਦੇ ਉੱਤੇ ਪਹੁੰਚੇ ਨੇ ਔਰ ਆਪਣਾ ਫਰਜ਼ ਨਿਭਾਉਂਦੇ ਪਏ ਨੇ ਹਮੇਸ਼ਾ ਸ਼ਰੋਮਣੀ ਕਮੇਟੀ ਦੀਆਂ ਲਤਾਂ ਖਿੱਚੀਆਂ ਜਾਂਦੀਆਂ ਮੈਂ ਵੀ ਖਿੱਚਦਾ ਵਾਂ ਜਦੋਂ ਗਲਤ ਕੰਮ ਕਰਦੇ ਨੇ ਮੈਂ ਵੀ ਵੀਡੀਓ ਪਾਉਂਦਾ ਵਾਂ ਲੇਕਿਨ ਅੱਜ ਜ਼ਰੂਰਤ ਹੈ ਜੇ ਸ਼ਰੋਮਣੀ ਕਮੇਟੀ ਨੇ ਚੰਗਾ ਕੰਮ ਕੀਤਾ ਸਾਡਾ ਫਰਜ਼ ਬੰਦਾ ਕਿ ਅਸੀਂ ਆਪਣੀ ਆਪਣੀ ਪ੍ਰੋਫਾਈਲ ਦੇ ਉੱਤੇ ਆਪਣੇ ਫੇਸਬੁੱਕਾਂ ਦੇ ਉੱਤੇ ਉਹਨਾਂ ਨੂੰ ਐਪਰੀਸ਼ੀਏਟ ਕਰੀਏ ਸ਼ਲਾਘਾ ਕਰੀਏ ਔਰ ਇਸ ਤਰ੍ਹਾਂ ਦੇ ਵਲੰਟੀਅਰ ਜੀ ਲੰਬੀ ਉਮਰ ਦੀ ਅਰਦਾਸ ਕਰੇ ਜਿਹੜੇ ਲੋਕ ਆਪਣੀ ਜਾਨ ਹੱਥੀਂ ਲਿਤੇ ਲੈ ਕੇ ਮਹਾਮਾਰੀ ਵਿੱਚ ਮੈਦਾਨ ਚ ਉਤਰਦਨੇ ਸੰਗਤ ਨੂੰ ਬੇਨਤੀ ਮੇਰੀਆਂ ਗੱਲਾਂ ਨਾਲ ਅਗਰ ਸਹਿਮਤ ਹੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਇਸ ਤਰ੍ਹਾਂ ਦੇ ਮੂਰਖ ਬੰਦਿਆਂ ਨੂੰ ਦਿਨੇਸ਼ ਕੁਮਾਰ ਵਰਗੇ ਮੂਰਖ ਬੰਦਿਆਂ ਨੂੰ ਜਵਾਬ ਜ਼ਰੂਰ ਦਿਓ ਕਿ ਕਮੈਂਟ ਕਰਨਾ ਆਸਾਨ ਹੈ ਲੇਕਿਨ ਲੜਾਈ ਦੇ ਮੈਦਾਨ ਚ ਉਤਰਨਾ ਬਹੁਤ ਮੁਸ਼ਕਿਲ ਹੈ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ